ਖਿੱਚ ਲੈਣ ਦੋ ਖਿੱਚ ਲੈਣ ਦੋ ਖਿੱਚ ਲੈਣ ਦੋ ਪਿੱਛੇ ਨੂੰ ਹੋ ਜਾ ਸਾਰੀ ਵਧੀਆ ਹੋਰ ਪਿੱਛੇ ਉੱਥੇ ਕੋਈ ਨੀ ਪਿੰਡ ਕੱਕੜ ਦੇ ਬਣੇ ਸਰਬਸੰਮਤੀ ਨਾਲ ਪੰਚਾਇਤ ਬਣੀ ਹੈ ਜੀ। ਮੇਜਰ ਸਿੰਘ ਸਰਪੰਚ ਬਣਿਆ ਅਤੇ ਹਰਨੇਕ ਸਿੰਘ, ਹਰਜਿੰਦਰਪਾਲ ਸਿੰਘ ਅਤੇ ਗੁਰਭੇਜ ਸਿੰਘ, ਪਿਆਰਾ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਨਿਰਮਲ ਸਿੰਘ, ਸੁਰਜੀਤ ਸਿੰਘ ਅਤੇ ਹਰਬੰਸ ਸਿੰਘ, ਨਵਾਂ ਮੈਂਬਰਾਂ ਦੀ ਪੰਚਾਇਤ ਬਣੀ ਹੈ ਜੀ। ਠੀਕ ਹੈ। ਸਰਬਸੰਮਤੀ ਇਹ ਸਰਬਸੰਮਤੀ ਹੋਈ ਹੈ ਜੀ, ਸਾਰੇ ਪਿੰਡ ਰਲ ਕੇ ਸਰਬਸੰਮਤੀ ਹੋਈ ਹੈ ਜੀ। ਠੀਕ ਹੈ ਜੀ। ਮੈਂ ਸਮੁੱਚੀ ਸਾਰ ਕੱਟ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰੇ ਸਹਿਯੋਗ ਨਾਲ ਮੈਨੂੰ ਸੰਮਤੀ ਨਾਲ ਸਰਪੰਚ ਬਣਾਇਆ ਅਤੇ ਮੈਂ ਆਪਣੇ ਛੋਟੇ ਵੀ ਗੁਰੂ ਦਾ ਬਹੁਤ ਵਧੀਆ ਕਰਦਾ ਸਾਰਾ ਪਾਰਟੀ ਸੁੱਖ ਸਰਕਾਰ ਜੀ ਵੱਲੋਂ ਜੀ ਸਾਰਾ ਸਿਰ 'ਤੇ ਹੱਥ ਰੱਖ ਕੇ ਸਾਰੇ ਪਿੰਡ ਦੇ ਮੈਂਬਰਾਂ ਨੂੰ ਥੋੜ੍ਹਾ ਬੋਲ ਬਣਾਇਆ। ਇਹ ਸਾਰੀ ਸੁੱਖ ਸਰਕਾਰ ਜੀ ਕੈਬਨਿਟ ਮੰਤਰੀ ਦੀ ਦੇਣ ਹੈ ਜੀ। ਉਹਨਾਂ ਸਦਕਾ ਹੀ ਅਸੀਂ ਸਰਪੰਚ ਬਣੇ ਹਾਂ, ਪੁਰਾਣਾ ਪਿਆਰ ਆ ਨਾ ਉਹਨੇ ਸਾਨੂੰ ਬਣਾਇਆ ਅਤੇ ਇਹ ਬਾਕੀ ਸਹਿਯੋਗ ਪਿੰਡ ਵਾਲਿਆਂ ਦਾ ਜਿਹਨਾਂ ਸਾਰਿਆਂ ਨੂੰ ਬਣਾਇਆ ਅਤੇ ਸਾਨੂੰ ਉੱਧਰ ਪਿੰਡ ਕਹਿ ਵੀ ਗਏ ਆ ਵੀ ਤੁਸੀਂ ਸਾਨੂੰ ਸਰਪੰਚ ਬਣੋ ਅਤੇ ਅਸੀਂ ਤੁਹਾਨੂੰ ਪਿੰਡ ਨੂੰ ਇਹ ਪਿੰਡ ਵਧੀਆ ਬਣਾ। ਜਿਹੜੇ ਪਿੰਡ ਦੇ ਮਸਲੇ ਹੁਣ ਉਹ ਕਿੱਦਾਂ ਪਿੰਡ ਦੇ ਮਸਲੇ ਸਾਰਿਆਂ ਲੋਕਾਂ ਨੂੰ ਪੁੱਛ ਕੇ ਹੱਲ ਕਰਾਂਗੇ ਜੀ। ਜੋ ਪਿੰਡ ਦੀਆਂ ਗਲੀਆਂ ਨਾਲੀਆਂ ਬਣਨ ਵਾਲੀਆਂ ਸਾਡੇ ਪਿਛਲੇ ਟਾਈਮ ਦਾ ਜਿਹੜੇ ਸਾਡੀ ਪੰਚਾਇਤ ਸੀ ਉਹਦੇ ਨਾਲ ਗਲੀਆਂ ਨਾਲੀਆਂ ਦੀਆਂ ਨਾ ਬੜੀਆਂ ਖਰਾਬ ਕਰਤੀਆਂ ਸੀ। ਇਹ ਵੀ ਹੁਣ ਅਸੀਂ ਸਾਰੇ ਪਿੰਡ ਦੀ ਹਰ ਇੱਕ ਸਲਾਹ ਲੈ ਕੇ ਹਰ ਨਾਲਾ ਹਰ ਗਲੀ ਜਿਹੜੀ ਆ ਜੋ ਵੀ ਆ ਜਿੱਥੇ ਜਿੱਥੇ ਕਿਸੇ ਦਾ ਘਰ ਹੈਗਾ ਉਹਨੂੰ ਪੁੱਛ ਕੇ ਬਣਾਵਾਂਗੇ ਕਿਸ ਤਰ੍ਹਾਂ ਬਣਾਉਣਾ, ਕਿੱਧਰ ਨੂੰ ਵਿਕਾਸ ਜਾਂਦਾ, ਕਿੱਧਰ ਨੂੰ ਪਾਣੀ ਜਾਂਦਾ ਜੀ। ਬਿਨਾਂ ਪੱਖਪਾਤ ਤੋਂ ਸਾਰੇ ਪਿੰਡ ਦੀ ਸਲਾਹ ਨਾਲ ਸਾਰੇ ਸਾਂਝੇ ਨਾਲ ਬਣਾਵਾਂਗੇ, ਕੋਈ ਪੱਖਪਾਤ ਨਹੀਂ ਕਿਸੇ ਨਾਲ ਆਊਗਾ ਜੀ। ਚਲੋ ਨਾਲ ਹੋ ਜਾਓ ਨਾ ਭਾਜੀ ਹੋਣਾਂ ਦੇ ਨਾਲੇ ਬੰਦੀ ਆਜੋ ਆਜੋ ਚਲੋ ਇੱਕ ਮਿੰਟ ਕਰ ਲੈਂਦਾ ਮਾੜੀ।